ਤੇ ਜੀ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਮੁੜ ਤੋਂ ਸਾਰੇ ਦਰਸ਼ਕਾਂ ਦਾ ਔਰ ਵਿਚਾਰ ਵਟਾਂਦਰਾ ਕਰ ਰਿਹਾ ਆਮ ਆਦਮੀ ਪਾਰਟੀ ਤੇ ਜਿਹੜਾ ਝਾੜੂ ਹੁਣ ਤੀਲਾ ਤੀਲਾ ਹੋਇਆ ਪਿਆ ਸਮੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੈਮੇਜ ਕੰਟਰੋਲ ਜਿਹੜਾ ਹੋ ਗਿਆ ਹੁਣ ਇਸ ਨੂੰ ਕਿਸ ਤਰੀਕੇ ਨਾਲ ਸਮੇਟਿਆ ਜਾ ਸਕਦਾ ਔਰ ਕੀ ਭਵਿੱਖ ਹੈ ਔਰ ਕਿਸ ਤਰੀਕੇ ਨਾਲ ਇਹਨੂੰ ਅੰਡਰ ਕੰਟਰੋਲ ਕੀਤਾ ਜਾ ਸਕਦਾ। ਮਿਸਟਰ ਨਵੀਨ ਸ਼ਰਮਾ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਿਹੜਾ ਡੈਮੇਜ ਕੰਟਰੋਲ ਹੈ ਉਹਦੀ ਭਰਪਾਈ ਕਿਵੇਂ ਹੋ ਸਕਦੀ ਹੈ ਤਾਂ ਕਿ ਜਿਹੜੇ ਹੁਣ ਪੰਜਾਬ ਦੇ ਮੁੱਦੇ ਨੇ ਐਂਡ ਆਫ ਦਾ ਡੇ ਉਹਨਾਂ ਬਾਰੇ ਗੱਲ ਹੋ ਸਕੇ। ਦੇਖੋ ਐਜ਼ ਯੂਜ਼ੁਅਲ ਆਮ ਆਦਮੀ ਪਾਰਟੀ 'ਚ ਤੂੰ ਸ਼ਾਇਦ ਹੁਣ ਸਮਝ ਆਇਆ ਹੋਣਾ ਕਿ ਸਾਡਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਜੀ। ਟਿਲ ਡੇਟ ਇਫ ਆਈ ਐਨਲਾਈਜ਼ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਯੂਨਿਟ ਹੈ ਹੁਣ ਤੱਕ ਦਾ ਉਹਨੂੰ ਸਭ ਤੋਂ ਵੱਡਾ ਡੈਂਟ ਲੱਗਾ, ਉਹਨਾਂ ਦਾ ਸਭ ਤੋਂ ਜ਼ਿਆਦਾ ਜਲੂਸ ਨਿਕਲ ਗਿਆ। ਹੁਣ ਇੱਕ ਸਟ੍ਰੈਟੇਜੀ ਹੈ ਕਿ ਜਿਹੜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਯੂਨਿਟ ਦੇ ਲੀਡਰਸ ਨੇ ਉਹਨਾਂ ਨੇ ਇੱਕ SOS ਮੈਸੇਜ ਭੇਜਿਆ ਕਿ ਪਲੀਜ਼ ਕੰਮ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਭਾਜੀ ਸਾਰੇ ਕੰਮ ਛੱਡ ਕੇ ਇੱਕ ਵਾਰੀ ਗੇੜਾ ਮਾਰ ਜਾਓ, ਇੱਥੇ ਆ ਜਾਓ, ਇੱਥੇ ਆਓ, ਇੱਕ ਰੈਲੀ ਕਰੋ, ਸਾਨੂੰ ਸਾਰੇ ਬੰਦਿਆਂ ਨੂੰ ਇਕੱਠਾ ਕਰੋ, ਇੱਕ ਮੋਬਿਲਾਈਜ਼ ਕਰੋ, ਲੋਕਾਂ ਨੂੰ ਮੋਟੀਵੇਟ ਕਰੋ ਆਪਣੇ ਵਰਕਰਸ ਨੂੰ। ਤਾਂ ਆਈ ਥਿੰਕ ਦੇ ਹੈਵ ਸੈਂਡ ਦਿਸ ਮੈਸੇਜ ਟੂ ਕੇਜਰੀਵਾਲ। ਵਾਟ ਯੂ ਥਿੰਕ ਵਿਲ ਪੰਜਾਬੀਜ਼ ਨਾਓ ਐਕਸੈਪਟ ਅਰਵਿੰਦ ਕੇਜਰੀਵਾਲ? ਮੈਂ ਦੇਖੋ ਪੰਜਾਬੀ ਕੌਮ ਸਮਝਦਾਰ ਹੈ, ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਵੋਟਰਸ ਦੀ। ਉਹਨਾਂ ਨੂੰ ਹੁਣ ਇਹ ਵੀ ਕਿ ਹੁਣ ਇਟ ਇਜ਼ ਬਿਯੋਂਡ ਕੰਪੈਰੀਜ਼ਨ, ਮਤਲਬ ਇਟ ਇਜ਼ ਬਿਯੋਂਡ ਰਿਪੇਅਰ ਨਾਓ। ਇਹ ਚੀਜ਼ ਹੁੰਦੀ ਲੋਕਾਂ ਨੂੰ ਦਿਸਦਾ, ਲੋਕਾਂ ਨੂੰ ਇਹ ਦਿਸੇਗਾ ਜਿਹੜੀ ਪਾਰਟੀ ਥੋੜ੍ਹੇ ਦਿਨ ਪਹਿਲਾਂ ਆ ਕੇ ਸਾਨੂੰ ਵੱਡੇ ਵੱਡੇ ਵਾਅਦੇ ਕਰ ਰਹੀ ਸੀ, ਇਹਨਾਂ ਦੇ ਤਾਂ ਆਪੇ ਸਾਰੇ ਇੱਕ ਦੂਜੇ ਦੇ ਕਾਲਰ ਫੜ ਕੇ ਲੜਦੇ ਪਏ ਨੇ। ਐਂਡ ਦਿਸ ਹੈਜ਼ ਕਮ, ਇਹ ਵੀ ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ, ਤੁਸੀਂ ਇੰਸੀਡੈਂਟ ਸ਼ੁਰੂ ਤੋਂ ਲਾਓ ਨਾ। ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਜਿਹੜਾ ਉੱਥੇ MP ਪੰਜਾਬ ਵਾਲਾ, ਪਟਿਆਲੇ ਵਾਲਾ, ਉਸ ਤੋਂ ਬਾਅਦ ਇਹ ਗੁਰਪ੍ਰੀਤ ਘੁੱਗੀ, ਉਸ ਤੋਂ ਬਾਅਦ ਹਰ ਬੰਦੇ ਨਾਲ ਝਗੜਾ ਤਾਂ ਹੁੰਦਾ ਰਿਹਾ। ਅੱਜ ਸੁਖਪਾਲ ਖਹਿਰਾ ਅਗਰ ਐਤਰਾਜ਼ ਕਰਦੇ ਨੇ ਕਿ ਮੈਨੂੰ ਅਨਡੈਮੋਕ੍ਰੈਟਿਕ ਵੇ ਦੇ ਨਾਲ ਇੱਕ ਟਵੀਟ ਕਰਕੇ ਹਟਾ ਦਿੱਤਾ ਗਿਆ, ਇਹੀ ਉਹ ਸੁਖਪਾਲ ਖਹਿਰਾ ਥੋੜ੍ਹੇ ਦਿਨ ਪਹਿਲਾਂ ਫੇਸਬੁੱਕ 'ਤੇ ਆ ਕੇ ਲਾਈਵ ਕਹਿੰਦੇ ਸੀ ਮੈਨੂੰ ਮੇਰੇ ਆਪਣੇ ਸਹਿਯੋਗੀਆਂ ਤੋਂ, ਮੇਰੇ ਪਾਰਟੀ ਦੇ ਲੀਡਰਾਂ ਤੋਂ ਖਤਰਾ ਹੈ, ਇਹ ਗੱਲ ਤਾਂ ਹੈ, ਜਾਤੀ ਤਾਂ ਹੋਈ ਹੈ ਉਹਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਾਲ, ਕਿ ਉਹਨੂੰ ਅਨਡੈਮੋਕ੍ਰੈਟਿਕ। ਵਿਧਾਇਕ ਦਲ ਦਾ ਨੇਤਾ ਕੌਣ ਹੋਏਗਾ ਇਹ ਤਾਂ ਵਿਧਾਇਕ ਡਿਸਾਈਡ ਕਰਨਗੇ। ਇਹ ਤੁਸੀਂ ਟਵੀਟ ਕਰਕੇ ਤਾਂ ਨਹੀਂ ਕਹਿ ਸਕਦੇ ਕਿ ਚੱਲ ਵੀ ਕਾਕਾ ਤੂੰ ਉਤਰ, ਤੂੰ ਅੱਜ ਤੋਂ ਤੂੰ ਲੀਡਰ ਹੈ। ਇਟ ਇਜ਼ ਨੈਵਰ ਹਰਟ ਐਂਡ ਪਾਰਟੀ, ਤੁਸੀਂ ਚੁਣੇ ਹੋਏ ਨੁਮਾਇੰਦੇ ਨੇ, ਚੁਣੇ ਹੋਏ ਨੁਮਾਇੰਦੇ ਹੀ ਚੁਣਨਗੇ ਕਿ ਸਾਡਾ ਨੇਤਾ ਕੌਣ ਹੋਏਗਾ। ਇਟ ਇਜ਼ ਅ ਪ੍ਰੈਕਟਿਸ, ਇਟ ਇਜ਼ ਨੋਰਮਲ ਪ੍ਰੈਕਟਿਸ। ਬਟ ਵਾਈ ਸੁਖਪਾਲ ਖਹਿਰਾ ਵਾਜ਼ ਰਿਮੂਵਡ? ਹੀ ਸ਼ੁੱਡ ਬੀ ਗਿਵਨ ਅ ਸੋਲਿਡ ਲੋਜਿਕ ਫਾਰ ਦਿਸ। ਨਾਓ ਦਿਸ ਮੈਨ ਇਜ਼ ਲੁਕਿੰਗ ਫਾਰ ਹਿਸ ਸਰਵਾਈਵਲ, ਦਿਸ ਲੈਟਸ ਐਨਾਲਾਈਜ਼ ਹਿਸ ਪੇਨ ਆਲਸੋ, ਹੀ ਇਜ਼ ਲੁਕਿੰਗ ਫਾਰ ਅ ਸਰਵਾਈਵਲ ਐਂਡ ਹੀ ਇਜ਼ ਲੁਕਿੰਗ ਫਾਰ ਅ ਲੋਜਿਕ ਆਲਸੋ। ਕਾਕਾ ਜੀ ਵੀ ਭਾਜੀ ਮੈਨੂੰ ਉਠਾਇਆ ਤਾਂ ਕਿਉਂ ਉਠਾਇਆ, ਗਿਵ ਮੀ ਸਮਥਿੰਗ। ਵੈਨ ਹੀ ਇਜ਼ ਨੋਟ ਗੈਟਿੰਗ ਐਨੀ ਰਿਸਪੋਂਸ ਫਰੋਮ ਦ ਹਾਈ ਕਮਾਂਡ ਐਜ਼ ਯੂਜ਼ੁਅਲ, ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਇਹ ਬੜੇ ਸੁੱਤੇ ਸੁੱਤੇ ਜਿਹੇ ਬੰਦੇ ਨੇ, ਦੇ ਰਿਐਕਟ ਉਦੋਂ ਜਦੋਂ ਸਾਰਾ ਲੁੱਟ ਜਾਂਦਾ ਇਹਨਾਂ ਦਾ। ਇਟ ਇਜ਼ ਹੈਜ਼ ਹੈਪਨ ਇਨ ਦਿੱਲੀ ਆਲਸੋ ਸਮ ਟਾਈਮ ਐਂਡ ਪੰਜਾਬ ਤੇ ਕਰ ਲੁੱਟ ਗਿਆ, ਹੁਣ ਸਮੇਟ ਲਓ। ਬਿਲਕੁਲ ਹੁਣ ਸਮੇਟ। ਦਰਸ਼ਕ ਜਿਹੜੇ ਨੇ ਸਾਡੇ ਉਹ ਵਿਊਅਰਸ ਨੇ, ਸਾਡੇ ਇਸ ਸ਼ੋਅ ਦੀ ਜਿਹੜੇ ਜਾਨ ਨੇ, ਬੈਕਬੋਨ ਨੇ, ਉਹਨਾਂ ਦੇ ਵੀ ਜਿਹੜੀ ਗੱਲ ਹੈ ਉਹ ਵੀ ਸਮਝ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਆਟਵਾ ਕੈਨੇਡਾ ਤੋਂ ਬੋਲ ਰਿਹਾ ਜੀ। ਕੀ ਕਹਿਣਾ ਚਾਹੋਗੇ? ਮੇਰੇ ਵਿਚਾਰ ਇਹ ਆ ਕਿ ਜਿਹੜੇ ਦੋਨੋਂ ਲੀਡਰ ਆ, ਨੰਬਰ 1 ਹੈਗਾ ਭਗਵੰਤ ਮਾਨ, ਅੱਬਲ ਦਰਜੇ ਦਾ ਸ਼ਰਾਬੀ ਜੀ, ਉਹਦੇ ਵਿੱਚ ਕੋਈ ਲੀਡਰ ਵਾਲੀ ਸੈਂਸ ਨਹੀਂ ਹੈ, ਲੈਂਗੁਏਜ ਦੇ ਇੰਨੇ ਲੋਅ ਲੈਵਲ ਤੇ ਆ ਜਾਂਦੇ ਆ ਇਹ, ਤੇ ਇਹਨਾਂ 'ਚ ਤੁਸੀਂ ਕੀ ਹੋਪ ਰੱਖ ਸਕਦੇ ਆ ਕਿ ਪਬਲਿਕ ਦਾ ਕੋਈ ਸੋਚਣਗੇ? ਤੇ ਨੰਬਰ 2 ਜਿਹੜਾ ਦੂਸਰਾ, ਉਹਦੇ ਵਿੱਚ ਦੋ ਗੱਲਾਂ ਤਾਂ ਹੈ। ਦੇਖੋ, ਦੋਨਾਂ ਪਾਰਟੀਆਂ ਦੇ ਨਾਲ ਉਹ ਟੱਕਰ ਲੈ ਰਿਹਾ, ਉਹਨਾਂ ਦੇ ਲੂਪ ਵੱਲੋਂ ਉਜਾਗਰ ਕਰ ਰਿਹਾ ਵਿਦ ਪਰੂਫ ਜੀ, ਬਟ ਉਹਦੇ ਵਿੱਚ ਵੀ ਮਾਈਨਸ ਪੁਆਇੰਟ ਇਹ ਆ, ਉਹ ਕਈ ਵਾਰੀ ਇੰਨੀ ਚੁਭਵੀਂ ਲੈਂਗੁਏਜ ਇਸਤੇਮਾਲ ਕਰਦਾ ਕਿ ਆਮ ਆਦਮੀ ਨੂੰ ਵੀ ਉਹ ਪਿੰਚ ਕਰਦੀ ਆ ਜੀ 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 ਜੀ। ਬਾਕੀ ਜੇ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਆ ਗਈ ਸੁਧਾਰ ਹੋ ਜੂ, ਉਹ ਤਾਂ ਤੁਸੀਂ ਭੁੱਲ ਜਾਓ, ਸਭ ਚੱਟੇ ਵੱਟੇ ਇੱਕੋ ਹੀ ਆ ਜੀ 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 ਜੀ। ਇੱਕ ਦੂਸਰੇ ਪਾਰਟੀਆਂ ਚੋਂ ਨਿਕਲ ਨੁਕਲ ਕੇ ਇੱਧਰ ਆ ਕੇ, ਹੁਣ ਕਾਂਗਰਸ ਨੇ ਦੇਖੋ ਕਿੰਨੇ ਵਾਅਦੇ ਕੀਤੇ ਸੀ, ਕੀ ਕਰ ਦਿੱਤਾ ਇਹਨਾਂ ਨੇ? ਉਦਾਂ ਹੀ ਜ਼ੋਰਾਂ ਤੇ ਕਰਪਸ਼ਨ ਚੱਲ ਰਹੀ ਆ, ਪੁਲਿਸ ਦਾ ਬੁਰਾ ਹਾਲ ਆ, ਮਿਲ ਕੇ ਉਹ ਡਰੱਗ ਵੇਚ ਰਹੇ ਆ, ਇਹ ਸੁਧਾਰ ਹੋਣਾ ਬਹੁਤ ਮੁਸ਼ਕਲ ਹੈ ਜੀ 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 ਜੀ। ਇਹ ਤਾਂ ਜੀ ਪੰਜਾਬ, ਪੰਜਾਬ ਦੀ ਬਦਕਿਸਮਤੀ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਬਦਲੀਆਂ ਹਨ, ਝੰਡੇ ਬਦਲੇ ਹਨ, ਪੱਗਾਂ ਦੇ ਰੰਗ ਬਦਲੇ ਹਨ, ਇਹ ਅਸੀਂ ਲਗਾਤਾਰ ਕਹਿੰਦੇ ਹੋ ਆਨੇ, ਲੇਕਿਨ ਹਾਲਾਤ ਨਹੀਂ ਬਦਲੇ। ਇਹ ਤਾਂ ਸਰ ਮੈਂ ਇਹ ਸੋਚ ਰਿਹਾ ਕਿ ਅੱਜ ਤੋਂ ਬਾਅਦ 15-20 ਸਾਲ ਬਾਅਦ ਯੰਗ ਜਨਰੇਸ਼ਨ ਆਊਗੀ, ਥੋੜੀ ਜਿਹੀ ਸੋਚ ਚੇਂਜ ਹੋਏਗੀ ਤਾਂ ਸ਼ਾਇਦ ਸੁਧਾਰ ਹੋ ਜਾਵੇ। ਬਾਕੀ ਆ ਜੋ ਪੁਰਾਣਾ ਤਬਕਾ ਹੈ, ਇਹਨਾਂ ਨੂੰ ਤਾਂ ਇੱਕ ਪਾਸੇ ਖੁੱਡ ਲੈਣ ਲੱਗਣਾ ਚਾਹੀਦਾ, ਇਹ ਤਾਂ ਬਹੁਤ ਘਟੀਆ ਸੋਚ ਹੈ ਇਹਨਾਂ ਲੋਕਾਂ ਦੀ। ਆਈ ਥਿੰਕ ਅ ਵੈਲਿਡ ਕੁਐਸਚਨ, ਆਈ ਥਿੰਕ ਅ ਵੈਲਿਡ ਕੁਐਸਚਨ ਹੈ, ਆਪਾਂ ਜ਼ਰੂਰ ਪੁੱਛਦੇ ਹਾਂ। ਨਵੀਂ ਸੋਚ, ਨਵੀਂ ਤਰੰਗ, ਨਵਾਂ ਜੋਸ਼, ਨਵੀਂ ਪਨੀਰੀ, ਪੰਜਾਬ ਦੇ ਲਈ ਸਕਾਰਾਤਮਕ ਸੋਚ ਦੀ ਲੋੜ ਹੈਗੀ ਹੈ, ਇੰਸਟਿਡ ਆਫ ਡੂਇੰਗ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ। ਕੀ ਲੱਗਦਾ ਤੁਹਾਨੂੰ?
देखो अकीरत है कि इंडियन पॉलिटिक्स इज अ गेम ऑफ ब्लेम गेम एंड इंडियन पॉलिटिक्स इज अ गेम ऑफ अपॉर्चुनिज्म मौका प्रस्ती साडे सारे नेता मौका प्रस्त होंदे ने मोस्ट ऑफ देम आई एम नॉट ऑल ऑफ देम लेट्स से मोस्ट ऑफ देम अपॉर्चुनिस्ट एंड ब्लेम गेम किसी नूं पुछो भी तुहाडे इत्थे क्यों नहीं आया पानी नदियां दा क्यों नहीं आया ड्रग्स क्यों नहीं खत्म होए सारे एक दूजे ने इहनां नूं करना सी जी फलाणे ने करना सी जी खजाना खाली सी जी ए सी ओ सी दे गिव फाइंड एनी काइंड ऑफ एक्सक्यूज नोबडी वांट्स टू एड्रेस द रियल इशूज जिन्हां नूं तुसीं कह के ਜਿਨ੍ਹਾਂ ਨੂੰ ਐਡਰੈਸ ਕਰਕੇ ਤੁਸੀਂ ਇਲੈਕਸ਼ਨ ਜਿੱਤ ਕੇ ਤੇ ਆਏ ਹੋ ਇਹ ਸੇਮ ਬਲੇਮ ਗੇਮ ਅੱਜ ਸੈਂਟਰਲ ਗਵਰਨਮੈਂਟ ਤੇ ਵੀ ਹੁੰਦੀ ਹੈ ਨਰਿੰਦਰ ਮੋਦੀ ਦੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਤੁਸੀਂ ਇਹ ਵਾਅਦਾ ਕੀਤਾ ਸੀ ਗੰਗਾ ਦੀ ਸਫਾਈ ਦਾ ਵਾਅਦਾ ਕੀਤਾ ਸੀ ਫਲਾਣਾ ਕੀਤਾ ਸੀ ਕੁਝ ਵੀ ਨਹੀਂ ਹੋਇਆ ਲੈਟਸ ਕਮ ਬੈਕ ਟੂ ਪੰਜਾਬ ਪੰਜਾਬ ਇਜ਼ ਆਲਸੋ ਲਾਈਕ ਦਿਸ ਹੁਣ ਸਾਰੀਆਂ ਪਾਰਟੀਆਂ ਕਾਂਗਰਸ ਦੀ ਸਰਕਾਰ ਹੈ ਉੱਥੇ ਆਮ ਆਦਮੀ ਪਾਰਟੀ ਮੈਂ ਕਹਿੰਦਾ ਇਸ਼ੂ ਐਡਰੈਸ ਕਿੱਥੋਂ ਕਰੇਗੀ ਪਹਿਲਾਂ ਇਹਨਾਂ ਦੇ ਝਗੜੇ ਤੇ ਮੁੱਕ ਜਾਣ ਇਹਨਾਂ ਦੀ ਆਪਣੀ ਈਗੋ ਟਸਲ ਤੇ ਖਤਮ ਹੋ ਜਾਏ ਐਜ਼ ਆਈ ਸੈਡ ਇਹਨਾਂ ਨੂੰ ਹੁਣ ਇੰਨਾ ਗੁੱਡਵਿਲ ਸਹੀ ਗੱਲ ਹੈ ਜੀ ਗੁੱਡਵਿਲ ਬਹੁਤ ਜ਼ਰੂਰੀ ਹੁੰਦੀ ਹੈ ਗੁੱਡਵਿਲ ਬੜੀ ਖਰਾਬ ਹੋ ਗਈ ਪਾਰਟੀ ਦੀ ਬਿਲਕੁਲ ਉਹ ਸਮੇਟਣ ਦੀ ਲੋੜ ਹੈਗੀ ਗੁੱਡਵਿਲ ਜਿਹੜੀ ਹੈ ਹੁਣ ਉਹ ਜਨਤਕ ਹੋ ਚੁੱਕੀ ਹੈ ਔਰ ਉਹਨੂੰ ਮੈਨੂੰ ਲੱਗਦਾ ਵਾਪਸ ਲਿਆਉਣ ਦੀ ਲੋੜ ਹੈਗੀ ਹੈ ਉਹਨੂੰ ਸਹੀ ਕਰਨ ਦੀ ਲੋੜ ਹੈਗੀ ਹੈ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਹਰਦੀਪ ਸਿੰਘ ਅਰੋੜਾ ਬੋਲ ਰਿਹਾ ਕੈਲੀਫੋਰਨੀਆ ਤੋਂ ਜੀ ਅਰੋੜਾ ਸਾਹਿਬ ਕੀ ਕਹਿਣਾ ਚਾਹੋਗੇ ਕਹਿਣ ਨੂੰ ਕੁਛ ਰਿਹਾ ਨਹੀਂ ਵੈਸੇ ਪਰ ਫਿਰ ਵੀ ਇਹ ਕਹਾਂਗਾ ਕਿ ਪਬਲਿਕ ਜਿਹੜੀ ਹੈ ਜਨਤਾ ਜਿਹੜੀ ਹੈ ਹਿੰਦੁਸਤਾਨ ਦੀ ਇਹਨੂੰ ਪੋਲੀਟੀਸ਼ੀਅਨ ਗਨੀਆ ਪਿਗਸ ਦੀ ਤਰ੍ਹਾਂ ਵਰਤ ਰਹੇ ਹੈ ਜੀ ਔਰ ਕੋਈ ਵੀ ਪਾਰਟੀ ਹੋਏ ਚਾਹੇ ਆਮ ਆਦਮੀ ਪਾਰਟੀ ਹੋਏ ਬੀਜੇਪੀ ਹੋਏ ਕਾਂਗਰਸ ਹੋਏ ਲੋਕਾਂ ਕੋਲ ਚੋਇਸ ਕੋਈ ਨਹੀਂ ਹੈਗੀ ਪਰ ਇਹਨਾਂ ਦਾ ਫੋਕਸ ਮੇਨਲੀ ਸੱਤਾ ਦੇ ਉੱਤੇ ਕਬਜ਼ਾ ਕਰਨਾ ਹੀ ਹੈ ਜੀ 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 ਇਸ ਸਟੇਟ ਦੇ ਵਿੱਚ 600 ਬੰਦਾ ਇੱਕ ਸਾਲ ਤੋਂ ਪਹਿਲਾਂ ਦੇ ਵਿੱਚ ਸੁਇਸਾਈਡ ਕਰਦੇ ਉਸ ਦੇ ਮੁੱਖ ਮੰਤਰੀ ਨੂੰ ਨੀਂਦ ਕਿੱਦਾਂ ਆ ਸਕਦੀ ਹੈ ਜੀ ਜੀ ਔਰ ਬਾਕੀ ਪਾਰਟੀਆਂ ਆਪਣੀ ਕੁਰਸੀ ਲਈ ਇੱਕ ਦੂਜੇ ਦੀਆਂ ਪੱਗਾਂ ਲਾ ਰਹੀਆਂ ਨੇ ਕਿਸੇ ਨੂੰ ਕੋਈ ਦਰਦ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਰੱਬ ਹੀ ਬਚਾਵੇ ਇਹਨਾਂ ਪਾਰਟੀਆਂ ਦਾ ਫੋਕਸ ਜਿਹੜਾ ਸਿਰਫ ਇਲੈਕਸ਼ਨਾਂ ਤੇ ਸੱਤਾ ਹੀ ਹੈ ਹੋਰ ਇਹਨਾਂ ਦੀ ਪਬਲਿਕ ਸਰਵਿਸ ਕੋਈ ਨਹੀਂ ਹੈ ਥੈਂਕ ਯੂ ਬਿਲਕੁਲ ਜੀ ਮੈਂ ਇਸ ਗੱਲ ਤੋਂ ਤੁਹਾਡੇ ਨਾਲ ਸਹਿਮਤ ਹਾਂ ਜੀ ਜੋ ਅੱਜ ਕਿਸਾਨ ਦੀ ਹਾਲਤ ਹੋਈ ਪਈ ਹੈ ਜੋ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਉਹ ਮੈਨੂੰ ਲੱਗਦਾ ਇਹੀ ਕਹਿੰਦਾ ਹੋਏਗਾ ਤੁਹਾਨੂੰ ਕੀ ਲੱਗਦਾ ਕਿ ਬਈ ਉਹਨੂੰ ਕੀਟਨਾਸ਼ਕ ਦਵਾਈ ਨਹੀਂ ਮਾਰ ਰਹੀ ਉਹਨੂੰ ਜਿਹੜਾ ਵਿਗੜਦਾ ਹੋਇਆ ਮੌਸਮ ਹੈ ਉਹ ਨਹੀਂ ਮਾਰ ਰਿਹਾ ਉਹਨੂੰ ਕਰਜ਼ਾ ਨਹੀਂ ਮਾਰ ਰਿਹਾ ਅਗਰ ਕੁਝ ਮਾਰ ਰਿਹਾ ਤਾਂ ਉਹਨੂੰ ਲੋਭ ਲੁਹਾਵਣੇ ਵਾਧੇ ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਔਰ ਜਿਹੜੀਆਂ ਹੁਣ ਹਾਕਮ ਸਰਕਾਰਾਂ ਨੇ ਉਹ ਮਾਰ ਰਹੀਆਂ ਹਨ ਔਰ ਮੈਂ ਇਹ ਚਾਹੁੰਦਾ ਕਿ ਇਹ ਵੀ ਮੁੱਦੇ ਜਿਹੜੇ ਨੇ ਇਹ ਵੀ ਇਸ ਸਿਆਸੀ ਹਵਾ ਦੇ ਵਿੱਚ ਵੀ ਨਾਲ ਨਾਲ ਚੱਲਦੇ ਰਹਿਣ ਮਤਲਬ ਲੋਕਾਂ ਨੂੰ ਡਾਇਵਰਟ ਨਾ ਕੀਤਾ ਜਾਏ ਹੁਣ ਜਿਹੜੇ ਵਿਰੋਧੀ ਧਿਰ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਏ ਐਂਡ ਆਫ ਦਾ ਡੇ ਦੇ ਸ਼ੁੱਡ ਆਲਸੋ ਟੋਕ ਔਨ ਦੀ ਪੰਜਾਬ ਇਸ਼ੂਜ਼ ਫੋਰ ਦੀ ਬੈਟਰਮੈਂਟ ਆਫ ਪੰਜਾਬ ਦੇਖੋ ਇਹ ਜਿਹੜੇ ਸਾਡੇ ਦਰਸ਼ਕ ਸੀਗੇ ਇਹਨਾਂ ਨੇ ਬੜੀ ਅੱਛੀ ਵੀ ਗੱਲ ਕਹੀ ਕਿ ਲੋਕ ਜਿਹੜੇ ਨੇ ਜਿਹੜੇ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਗਿਨੀ ਪਿਗ ਦੀ ਤਰ੍ਹਾਂ ਇਸਤੇਮਾਲ ਕਰਦੀਆਂ ਔਰ ਪੋਲੀਟੀਕਲ ਪਾਰਟੀਆਂ ਵੀ ਇਮੋਸ਼ਨਲ ਇਸ਼ੂ ਚੁੱਕ ਕੇ ਐਟਲੀਸਟ ਟਰਾਈ ਟੂ ਇਨਕੈਸ਼ ਦਮ ਜੀ ਇੱਕ ਬੜੀ ਅੱਛੀ ਚੀਜ਼ ਤੁਹਾਨੂੰ ਦੱਸਦਾ ਕਿ ਜਦੋਂ ਸਾਡੇ ਪਿੰਡਾਂ ਦੇ ਨਿਆਣੇ ਹੁੰਦੇ ਆ ਪਿੰਡਾਂ ਦੇ ਨਿਆਣੇ ਜਿਹੜੇ ਕਿਸੇ ਛੋਟੇ ਹੁੰਦੇ ਛੋਟੀ ਛੋਟੀ ਖੇਡ ਖੇਡਦੇ ਆਓ ਘਰ ਘਰ ਖੇਡੀਏ ਆਓ ਘਰ ਘਰ ਖੇਡੀਏ ਸਾਰੇ ਨਿਆਣੇ ਸਾਰੇ ਪਿੰਡਾਂ ਵਾਲੇ ਖੇਡਦੇ ਆਪਣੇ ਸ਼ਹਿਰਾਂ ਵਾਲੇ ਬੱਚੇ ਛੋਟੀ ਉਮਰ ਦੇ ਪੰਜਾਬ ਦੇ ਸਾਰੇ ਅਸੀਂ ਜਦੋਂ ਇਲੈਕਸ਼ਨ ਆ ਜਾਂਦੇ ਨੇ ਤੇ ਸਾਡੀ ਸਿਆਸੀ ਪਾਰਟੀਆਂ ਕਹਿੰਦੀਆਂ ਆਓ ਕਿਸਾਨ ਕਿਸਾਨ ਖੇਡੀਏ ਕਿਸਾਨ ਨੂੰ ਖੇਡੀਏ ਕਿਸਾਨ ਨੂੰ ਫੜੀਏ ਕਿਸਾਨ ਤੇ ਨਿਸ਼ਾਨਾ ਮਾਰੀਏ ਕਿਸਾਨ ਸਾਨੂੰ ਵੋਟ ਦੇ ਦੇਗਾ ਬਾਅਦ ਚ ਕਿਸੇ ਨੇ ਪੁੱਛਣਾ ਕਿਸਾਨ ਜੀ ਕਿਸਾਨ ਇਸੇ ਵਾਸਤੇ ਵਿਚਾਰੇ ਮਾਰੇ ਜਾਂਦੇ ਆ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਐਨਆਰਆਈ ਭਰਾ ਨੇ ਉਹਨਾਂ ਨੂੰ ਬਿਲਕੁਲ ਹਜੇ ਵੀ ਲੱਗਦਾ ਕਿ ਭਵਿੱਖ ਹੈਗਾ ਪੰਜਾਬ ਦੇ ਵਿੱਚ ਚਿੱਟੇ ਦੇ ਜਿਹੜਾ ਹੱਥ ਅੱਜ ਕੱਲ੍ਹ ਜਵਾਨਾਂ ਦੇ ਹੱਥ ਦੇ ਵਿੱਚ ਚਿੱਟਾ ਹੈ ਸ਼ਾਇਦ ਕਲਮ ਆ ਸਕਦੀ ਹੈ ਸ਼ਾਇਦ ਉਹਨਾਂ ਦਾ ਜਿਹੜਾ ਭਵਿੱਖ ਆ ਸੁਨਹਿਰਾ ਹੋ ਸਕਦਾ ਸ਼ਾਇਦ ਉਹਨੂੰ ਬਾਹਰ ਆਉਣ ਨੂੰ ਉਹ ਮਜਬੂਰ ਨਾ ਹੋਏ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਕੰਮ ਕਰਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆਪਣੀ ਗੱਲ ਨੂੰ ਦੱਸ ਕੇ ਔਰ ਪੰਜਾਬ ਦੇ ਮੁੱਦਿਆਂ ਨੂੰ ਉਹ ਚੱਕ ਸਕਦਾ ਬਿਲਕੁਲ ਜੋਸ਼ ਹੈਗਾ ਜੀ ਨਵੀਂ ਪਨੀਰੀ ਦੇ ਵਿੱਚ ਔਰ ਮੈਨੂੰ ਲੱਗਦਾ ਯੂਥ ਨੂੰ ਇੰਸਪਾਇਰ ਕਰਨਾ ਚਾਹੀਦਾ ਸ਼ਾਇਦ ਐਂ ਲੱਗਦਾ ਕਿ ਜਿਹੜੀ ਸਾਡੇ ਐਨਆਰਆਈ ਭਰਾ ਨੇ ਉਹ ਸੁਖਪਾਲ ਖਹਿਰਾ ਦੇ ਵਿੱਚ ਉਹ ਛਵੀ ਵੇਖ ਰਹੇ ਨੇ ਕਿਉਂਕਿ ਬੈਕਗਰਾਊਂਡ ਦੀ ਜੇਕਰ ਗੱਲ ਕਰੀਏ ਸੁਖਪਾਲ ਖਹਿਰਾ ਦੇ ਤਾਂ ਬੈਕਗਰਾਊਂਡ ਕਿਵੇਂ ਹੈਗਾ ਔਰ ਭਗਵੰਤ ਮਾਨ ਦਾ ਕਿਵੇਂ ਹੈਗਾ ਅਗਰ ਆਪਾਂ ਤੋਲਣ ਦੀ ਕੋਸ਼ਿਸ਼ ਕਰੀਏ ਬਿਕੋਜ਼ ਮੁੱਦਾ ਅੱਜ ਪੰਜਾਬ ਦੇ ਵਿੱਚ ਇਹਨਾਂ ਦੋਨਾਂ ਦਾ ਹੈਗਾ ਤੁਸੀਂ ਵੀ ਤੋਲੋ ਅਤੇ ਅਸੀਂ ਵੀ ਤੋਲ ਰਹੇ ਹਾਂ ਅਸੀਂ ਵੀ ਐਨਾਲਾਈਜ਼ ਕਰਾਂਗੇ ਲੇਕਿਨ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ ਤਦ ਤੱਕ ਤੁਸੀਂ ਵੀ ਪਾਣੀ ਪੀ ਲਓ ਮੈਂ ਵੀ ਥੋੜ੍ਹਾ ਜਿਹਾ ਪਾਣੀ ਪੀ ਲੈਣਾ ਆ ਰਿਹਾ